ਈਸ਼ਵਰ ਦਾ ਦੁਆਰ, ਧਰਮ ਦਾ ਦੁਆਰ, ਮੋਕਸ਼ ਦੁਆਰ ਸੰਕੀਰਣ ਹੈ, ਸੂਕਸ਼ਮ ਹੈ। ਮੈਂ ਰੱਜ ਸਕਦਾ, ਮਨੁੱਖ ਦੇ ਦਿੱਤਿਆਂ ਮੈਂ ਨਹੀਂ। ਕਾਰਨ, ਮਨੁੱਖ ਦੇ ਦੇਣ ਦੀ ਸੀਮਾ ਹੁੰਦੀ ਹੈ, ਚਾਹੇ ਉਹ ਮਨੁੱਖ ਪਿਤਾ ਹੈ, ਉਹਦੇ ਵੀ ਦੇਣ ਦੀ ਸੀਮਾ ਹੈ। ਇੱਕ ਦਿਨ ਹੱਥ ਪਿੱਛੇ ਕਰ ਲਏਗਾ, ਪੁੱਤਰ ਹੁਣ ਮੈਂ ਨਹੀਂ ਦੇ ਸਕਦਾ। ਭਰਾ ਦੇ ਦੇਣ ਦੀ ਵੀ ਸੀਮਾ, ਇਹ ਵੀ ਮੈਂ ਅਰਜ਼ ਕਰਦਾ। ਮਿੱਤਰ ਦੇ ਦੇਣ ਦੀ ਵੀ ਸੀਮਾ, ਕਿਤਨਾ ਕੁ ਦੇਗਾ, ਕਦੋਂ ਤੱਕ ਦੇਗਾ, ਸੀਮਾ। ਪਰ ਪਰਮਾਤਮਾ ਦੇ ਦੇਣ ਦੀ ਸੀਮਾ ਨਹੀਂ ਹੈ। ਦੇਂਦਾ ਦੇ ਲੈਂਦੇ ਥਕਵਾ, ਉਹ ਦੇਂਦਿਆਂ ਦੇਂਦਿਆਂ ਨਹੀਂ ਥੱਕਦਾ, ਲੈਂਦੇ ਲੈਂਦੇ ਜਗਤ ਥੱਕ ਜਾਂਦਾ। ਜੋ ਦੇਂਦਿਆਂ ਥੱਕਦਾ ਹੀ ਨਹੀਂ, ਉਹਦੇ ਅੱਗੋਂ ਹੱਥ ਨਹੀਂ ਪ੍ਰਸਾਰਦੇ। ਅਤੇ ਜਿਹੜੇ ਹੱਥੀ ਸੰਕੋਚ ਲੈਂਦੇ ਨੇ, ਬੰਦ ਕਰ ਲੈਂਦੇ ਨੇ, ਜੇਬ ਵਿੱਚ ਪਾ ਲੈਂਦੇ ਨੇ, ਉਹਨਾਂ ਦੇ ਅੱਗੋਂ ਹੱਥ ਪੈ ਲੈਂਦੇ, ਉਹਨਾਂ ਦੇ ਅੱਗੋਂ ਜੋਦੜੀ ਕਰਦੇ। ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ, ਤੂੰ ਦੇਵੇਂ ਤੇ ਮੈਂ ਰੱਜ ਸਕਦਾ, ਮਨੁੱਖ ਦੇ ਦਿੱਤਿਆਂ ਮੈਂ ਨਹੀਂ ਰੱਜ ਸਕਦਾ। ਇਹ ਮੇਰੀ ਤ੍ਰਿਪਤੀ ਨਹੀਂ ਹੋਵੇਗੀ। ਪ੍ਰਭ ਜੀ, ਤੇਰੀ ਦਾਤੀ ਰਾਜਾ ਰੱਜ ਸਕਦਾ ਮੈਂ, ਤੂੰ ਮੇਰੀ ਝੋਲੀ 'ਚ ਪਾਵੇਂ, ਤੂੰ ਹੀ ਰਜਾ ਸਕਦਾ, ਮੈਨੂੰ ਕੋਈ ਮਨੁੱਖ ਨਹੀਂ ਰਿਹਾ ਜਾ ਸਕਦਾ। ਕਿਉਂ ਮੈਂ ਮਨੁੱਖ ਦੀ ਸਿਫਤੋਂ ਸਲਾਹ ਕਰਾਂ, ਕਿਉਂ ਮੈਂ ਉਸਨੂੰ ਦਾਤਾ ਆਖਾਂ, ਕਿਉਂ ਮੈਂ ਉਸਦੀ ਮੁਤਾਜੀ ਕਰਾਂ। ਮਨੁੱਖ ਦੇ ਦਿੱਤੇ ਅੱਜ ਤੱਕ ਨਾ ਕੋਈ ਰਜਿਆ ਅਤੇ ਨਾ ਰਜ ਸਕਦਾ। ਇਸ ਵਾਸਤੇ ਸਾਹਿਬ ਕਹਿੰਦੇ, ਹੇ ਪ੍ਰਭੂ, ਤੂੰ ਹੀ ਸਭ ਨੂੰ ਰਜਾਂਦਾ, ਤੂੰ ਹੀ ਰਜਾ ਸਕਦਾ, ਮਨੁੱਖ ਮਨੁੱਖ ਨੂੰ ਨਹੀਂ ਰਜਾ ਸਕਦਾ। ਜਿਸਨੇ ਆਪਣਾ ਧਿਆਨ ਹਰੀ ਦੇ ਜੋ ਹੈ ਜੋੜਿਆ, ਉਸਨੂੰ ਸਭ ਕੁਝ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰਮਾਤਮਾ ਉਹਦੀਆਂ ਸਾਰੀਆਂ ਭੁੱਖਾਂ ਮਿਟਾ ਦਿੰਦਾ ਹੈ ਧਿਆਨ ਜੋੜਨ ਕਰਕੇ। ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਜ਼ਿੰਦਗੀ ਲੋੜਾਂ 'ਤੇ ਸੀਮਤ ਹੋ ਜਾਂਦੀ ਹੈ, ਲੋੜ ਪੂਰੀ ਹੋ ਗਈ, ਭੁੱਖ ਮਿਟ ਜਾਂਦੀ ਹੈ। ਪਰ ਯਕੀਨ ਜਾਣੋ, ਲੋਭੀ ਮਰਦੇ ਦਮ ਤੱਕ ਭੁੱਖਾ ਰਹੇ, ਭਿਖਾਰੀ ਰਹਿੰਦਾ। ਇਹ ਜੀਵਦਾ ਭਿਖਾਰੀ ਦੀ ਤਰ੍ਹਾਂ, ਮਰਦਾ ਵੀ ਭਿਖਾਰੀ ਦੀ ਤਰ੍ਹਾਂ, ਕਿਉਂਕਿ ਲੋਭ ਤੇ ਤ੍ਰਿਪਤ ਹੁੰਦਾ ਹੀ ਨਹੀਂ। ਧਿਆਨ ਜੋੜਦਿਆਂ, ਪ੍ਰਭੂ ਦੇ ਨਾਮ ਦੇ ਮਿਲਦਿਆਂ ਲੋਭ ਸ਼ਾਂਤ ਹੋ ਜਾਂਦਾ, ਜ਼ਿੰਦਗੀ ਲੋੜਾਂ 'ਤੇ ਸੀਮਤ ਹੋ ਜਾਂਦੀ ਹੈ। ਐਸਾ ਮਨੁੱਖ ਆਨੰਦ ਮਾਣਦਾ, ਸੁੱਖ ਮਾਣਦਾ। ਹਾਂਜੀ, ਐਸਾ ਨਾਮ ਦਾ ਧਨ ਉਸਨੇ ਚੌਲੀ ਦੇ 'ਚ ਪਾਇਆ, ਜਿਤਨਾ ਜਪੀਏ ਜਿਤਨਾ ਵੰਡੀਏ ਖਤਮ ਹੁੰਦਾ ਹੀ ਨਹੀਂ, ਖੁੱਟਦਾ ਹੀ ਨਹੀਂ, ਖੁੱਟਦਾ ਹੀ ਨਹੀਂ। ਦਿਨ ਦਿਨ ਚੜ੍ਹੇ ਸਵਾਇਆ, ਨਾਨਕ ਹੋਤ ਨਾ ਗਾਟ,
ਕੋਲ ਧਨ ਹੈ ਅਤੇ ਚਾਰ ਪੁੱਤਰਾਂ ਦੇ 'ਚ ਵੰਡਣਾ ਹੈ, ਘੱਟ ਜਾਏਗਾ। ਸਾਰੀ ਦੁਨੀਆਂ ਦੇ 'ਚ ਨਾਮ ਜਪਦਾ ਰਹੇ ਅਤੇ ਜਪਾਉਂਦਾ ਰਹੇ, ਜਪਦਿਆਂ ਜਪਦਿਆਂ ਵਧੇਗਾ ਅਤੇ ਸਹੀ ਘਟੇਗਾ ਨਹੀਂ, ਜਪਾਉਂਦਿਆਂ ਵਧੇਗਾ ਅਤੇ ਸਹੀ ਘਟੇਗਾ ਨਹੀਂ। ਇੱਕ ਐਸੀ ਦੌਲਤ ਹੈ ਜੋ ਹਮੇਸ਼ਾ ਵਧਦੀ ਹੈ, ਵਧਦੀ ਹੈ। ਇਸ ਵਾਸਤੇ ਭਾਈ ਸਾਹਿਬ ਭਾਈ ਨੰਦ ਲਾਲ ਕਿਸੇ ਨੂੰ ਦੌਲਤ ਕਹਿੰਦੇ ਨੇ, ਦੌਲਤ ਜਾਵੇ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਦੌਲਤ ਸਰਮਾਇਆ ਏ ਮਾਂ ਬਵਦ, ਹਰ ਗਦਾ ਅਜ਼ਰਾ ਯਾਦ ਹੋ ਸੁਲਤਾਨ ਬਵਦ। ਮਨੁੱਖ ਕੋਲ ਮੰਗਦਾ ਹੈ, ਸਾਰੀ ਜ਼ਿੰਦਗੀ ਮੰਗਦਾ ਰਹੇਗਾ। ਪਰ ਨੰਦ ਲਾਲ ਕਹਿੰਦੇ ਨੇ, ਜਿਹੜੇ ਰੱਬ ਕੋਲ ਮੰਗਦੇ ਨੇ ਬਾਦਸ਼ਾਹ ਹੋ ਜਾਂਦੇ, ਬਾਦਸ਼ਾਹ ਹੋ ਜਾਂਦੇ, ਮੰਗਤਾਪਣਾ ਖਤਮ ਹੋ ਜਾਂਦਾ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਦੌਲਤ ਸਰਮਾਇਆ ਇਮਾਂ ਬਵਲ, ਹਰ ਗਦਾ ਅਜ ਯਾਦ ਉਹ ਸੁਲਤਾਨ ਬਵਲ। ਫਿਰ ਕਹਿੰਦੇ ਨੇ, ਗਰ ਬਜ਼ੁਰਗੀ ਬਾਏ ਦਤ ਕੁਨ ਬੰਦਗੀ, ਵਰਨਾ ਆਖਰ ਮੈਂ ਕਸ਼ੀ ਸ਼ਰਮੰਦਗੀ। ਤੂੰ ਬਜ਼ੁਰਗ ਹੋਣਾ ਚਾਹੁੰਦਾ ਹੈ, ਰਜਣਾ ਚਾਹੁੰਦਾ ਹੈ, ਮਹਾਨ ਹੋਣਾ ਚਾਹੁੰਦਾ ਹੈ, ਬੰਦਗੀ ਕਰ, ਤ੍ਰਿਪਤ ਹੋ ਜਾਏਗਾ, ਨਹੀਂ ਤਾਂ ਸਾਰੀ ਜ਼ਿੰਦਗੀ ਮੰਗਦਾ ਹੀ ਰਹੇਗਾ, ਬਿਖਾਰੀ ਰਹੇਗਾ, ਜੀਵਨ ਭਰ ਮੰਗਦਾ ਰਹੇਗਾ। ਅੰਦਰ ਖਾਹਿਸ਼ਾਂ ਚੱਲਦੀਆਂ ਰਹਿਣਗੀਆਂ, ਤੈਨੂੰ ਚੈਨ ਜੋ ਹੈ ਨਹੀਂ ਲੈਣ ਦੇਣਗੀਆਂ। ਕਹਿੰਦੇ ਨੇ ਭਾਈ ਸਾਹਿਬ ਭਾਈ ਨੰਦ ਲਾਲ ਦੇ ਸ਼ਰੀਕ ਜਦ ਅਨੰਦਪੁਰ ਸਾਹਿਬ ਪਹੁੰਚੇ ਨਾ, ਉਹਨਾਂ ਨੂੰ ਦੁੱਖ ਬੜਾ ਹੋਇਆ। ਮੁਲਤਾਨ ਤੋਂ ਆਏ ਸਨ, ਨੰਦ ਲਾਲ ਭਾਂਡੇ ਪਏ ਮਾਂਜਦੇ ਸਨ ਲੰਗਰ ਦੇ, ਅਤੇ ਸ਼ਾਇਦ ਆਪ ਨੂੰ ਪਤਾ ਹੋਵੇ ਨੰਦ ਲਾਲ ਬਹਾਦਰ ਸ਼ਾਹ ਦੇ ਅਤਾਲੀਕ ਸਨ, ਔਰੰਗਜ਼ੇਬ ਦੇ ਲੜਕੇ ਦੇ, ਜੋ ਲੜਕੇ ਸਨ ਔਰੰਗਜ਼ੇਬ ਦੇ ਪੋਤਰਿਆਂ ਨੂੰ ਪੜ੍ਹਾਉਂਦੇ ਸਨ, ਅਤਾਲੀਕ ਸਨ, ਸ਼ਹਿਨਸ਼ਾਹਾਂ ਦੇ ਬੱਚੇ, ਨਵਾਬਾਂ ਦੇ ਬੱਚੇ, ਜਾਗੀਰਦਾਰਾਂ ਦੇ ਬੱਚੇ ਉਹ ਪੜ੍ਹਦੇ ਸਨ। ਉਸ ਵਕਤ ਦੇ ਬਹੁਤ ਵੱਡੇ ਅਤਾਲੀਕ ਸਨ, ਫਾਰਸੀ ਉਰਦੂ ਵਿੱਚ ਅਤਾਲੀਕ ਕਹਿੰਦੇ ਨੇ ਪੜ੍ਹਾਉਣ ਵਾਲੇ ਨੇ, ਟਵਿੱਟਰ ਅਤਾਲੀਕ ਸਨ। ਇੱਕ ਦਿਨ ਕਿਧਰੇ ਕੁਰਾਨ ਦੀ ਆਇਤਾਂ ਦੇ ਇਸ ਢੰਗ ਨਾਲ ਅਰਥ ਕੀਤੇ, ਅਜੇ ਸ਼ਹਿਨਸ਼ਾਹੀਅਤ ਔਰੰਗਜ਼ੇਬ ਦੀ ਚੱਲ ਰਹੀ ਸੀ, ਪੋਤਰੇ ਵੀ ਉਸਦੇ ਸਨ, ਅਤੇ ਬਹਾਦਰ ਸ਼ਾਹ ਨੂੰ ਅਜੇ ਗੱਦੀ ਨਹੀਂ ਮਿਲੀ ਸੀ, ਇਹ ਤਾਂ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਦਦ ਨਾਲ ਮਿਲੀ। ਜਦ ਕੰਨਾਂ ਵਿੱਚ ਉਹ ਅਰਥ ਪੈ ਗਏ, ਅਤੇ ਔਰੰਗਜ਼ੇਬ ਨੇ ਮੁਰਾਦ ਨੂੰ ਕਹਿ ਦਿੱਤਾ, ਐਸਾ ਰੋਸ਼ਨ ਜ਼ਮੀਰ ਬੰਦਾ, ਐਸਾ ਰੋਸ਼ਨ ਦਿਮਾਗ ਬੰਦਾ ਹਿੰਦੂ ਨਹੀਂ ਚਾਹੀਦਾ, ਬਸ ਇੰਨੀ ਗੱਲ ਕਹਿ, ਇਸ਼ਾਰਾ ਕਰ ਦਿੱਤਾ। ਅੱਧੀ ਰਾਤ ਦੇ ਵਕਤ ਮੁਰਾਦ ਆਇਆ ਨੰਦ ਲਾਲ ਦੇ ਕੋਲ, ਸੁੱਤੇ ਭਾਈ ਸਾਹਿਬ ਨੂੰ ਜਗਾਇਆ, ਆਖਿਆ ਮੇਰਾ ਘੋੜਾ ਲੈ ਲਓ, ਨੱਸ ਜਾਓ, ਵੱਜ ਜਾਓ, ਨਿਕਲ ਜਾਓ, ਕਿਉਂ ਤੁਹਾਡਾ ਰੋਸ਼ਨ ਦਿਮਾਗ ਖਤਰੇ 'ਚ, ਤੁਹਾਡੀ ਰੋਸ਼ਨ ਜ਼ਮੀਰ ਖਤਰੇ ਦੇ 'ਚ, ਤੁਹਾਡਾ ਇਮਾਨ ਖਤਰੇ ਦੇ 'ਚ, ਤੁਸੀਂ ਮੇਰੇ ਮਿੱਤਰ ਹੋ, ਮੈਂ ਮਿੱਤਰਤਾ ਨਿਭਾਉਣ ਦੇ ਨਾਤੇ ਆਇਆ, ਕਿ ਮੇਰਾ ਘੋੜਾ ਲਿਓ, ਇਸ 'ਤੇ ਬੈਠੋ ਅਤੇ ਦੌੜ ਜਾਓ, ਭੱਜ ਜਾਓ।
ਨੰਦ ਲਾਲ ਕਹਿੰਦੇ ਨੇ ਮਿੱਤਰਾ ਕਿੱਥੇ ਵੱਜ ਜਾਵਾਂ, ਸਾਰੇ ਭਾਰਤ ਦੇ ਵਿੱਚ ਰਾਜ ਇਸ ਦਾ ਹੀ ਹੈ, ਜਿੱਥੇ ਜਾਵਾਂਗਾ ਪਕੜਿਆ ਜਾਵਾਂਗਾ, ਕਿੱਥੇ ਵੱਜ ਜਾਵਾਂ, ਸਾਰੀ ਜਗ੍ਹਾ 'ਤੇ ਇਸੇ ਦਾ ਹੁਕਮ ਚੱਲਦਾ ਹੈ। ਮੁਰਾਦ ਨੇ ਕਿਹਾ ਇੱਕ ਥਾਂ ਐਸੀ ਹੈ ਜਿੱਥੇ ਔਰੰਗਜ਼ੇਬ ਦਾ ਹੁਕਮ ਨਹੀਂ ਚੱਲਦਾ, ਧੰਨ ਗੁਰੂ ਗੋਬਿੰਦ ਸਿੰਘ ਦਾ ਹੁਕਮ ਚੱਲਦਾ। ਉਹ ਕਿਹੜੀ ਥਾਂ ਹੈ, ਉਹ ਕਿਹੜੀ ਜਗ੍ਹਾ ਹੈ? ਉਹ ਅਨੰਦਪੁਰ ਸਾਹਿਬ ਹੈ, ਉੱਥੇ ਪਾਈ। ਰਾਤ ਨੂੰ ਸਫ਼ਰ ਕਰਦੇ ਸਨ, ਦਿਨ ਨੂੰ ਕਿਧਰੇ ਛੁਪ ਜਾਂਦੇ ਸਨ, ਮੰਜ਼ਿਲ ਦਰ ਮੰਜ਼ਿਲ ਤੈਅ ਕਰਕੇ ਪਹੁੰਚੇ, ਸਤਿਗੁਰ ਦੇ ਦਰਬਾਰ ਵਿੱਚ ਹਾਜ਼ਰੀ ਭਰੀ, ਮੱਥਾ ਟੇਕਿਆ ਅਤੇ ਕਹਿਣ ਲੱਗੇ ਮਹਾਰਾਜ ਮੈਂ ਆਪ ਜੀ ਦੇ ਕੋਲ ਰਹਿਣਾ, ਇੱਥੇ ਹੀ ਰਹਿਣਾ, ਹੁਣ ਮੇਰਾ ਦਰ ਘਰ ਇਹੀ ਹੈ, ਮੇਰਾ ਸਹਾਰਾ ਤੁਸੀਂ, ਇੱਥੇ ਹੀ ਰਹਿਣਾ? ਹਾਂ ਮਹਾਰਾਜ ਮੈਂ ਇੱਥੇ ਰਹਿਣਾ, ਖੁਸ਼ੀ ਨਾਲ ਰਹੋ। ਤਿੰਨ ਚਾਰ ਦਿਨ ਤੋਂ ਬਾਅਦ ਭਾਈ ਸਾਹਿਬ ਸਤਿਗੁਰ ਨੂੰ ਕਹਿਣ ਲੱਗੇ ਮਹਾਰਾਜ ਜਦ ਮੈਂ ਇੱਥੇ ਰਹਿਣਾ ਹੈ ਤਾਂ ਆਪਨੇ ਰੱਖ ਲਿਆ ਅਤੇ ਕੋਈ ਸੇਵਾ ਬਖਸ਼ ਦਿਓ ਮੈਨੂੰ। ਅਤੇ ਸਤਿਗੁਰੂ ਕਹਿਣ ਲੱਗੇ ਕੀ ਕਰ ਸਕਦਾ ਤੂੰ, ਤੈਨੂੰ ਕੀ ਆਉਂਦਾ ਪਹਿਲੇ ਦੱਸ। ਮਹਾਰਾਜ ਮੈਂ ਰੋਸ਼ਨ ਦਿਮਾਗ ਹਾਂ, ਮੈਂ ਰੋਸ਼ਨ ਜ਼ਮੀਰ ਹਾਂ, ਮੇਰੀ ਕਲਮ 'ਚੋਂ ਨਗਮੇ ਨਿਕਲਦੇ ਨੇ, ਮੇਰੇ ਦਿਮਾਗ ਤੋਂ ਰੱਬੀ ਸੰਗੀਤ ਅਤੇ ਰੱਬੀ ਗੀਤ ਨਿਕਲਦੇ ਨੇ, ਫਿਲਸਫਾ ਨਿਕਲਦਾ ਹੈ, ਗਿਆਨ ਨਿਕਲਦਾ ਹੈ, ਵਿਚਾਰ ਨਿਕਲਦੇ ਨੇ, ਮੈਂ ਚਿੰਤਕ ਹਾਂ, ਮੈਂ ਅਜ਼ੀਮ ਸ਼ਾਇਰ ਹਾਂ, ਮੈਂ ਕਲਮ ਦਾ ਧਨੀ ਹਾਂ, ਦਿਮਾਗ ਦਾ ਧਨੀ ਹਾਂ, ਜ਼ਬਾਨ ਦਾ ਧਨੀ ਹਾਂ, ਰੋਸ਼ਨ ਜ਼ਮੀਰ ਹਾਂ, ਐਸਾ ਮੈਨੂੰ ਸਾਰੇ ਕਹਿੰਦੇ ਨੇ। ਸਤਿਗੁਰੂ ਕਹਿਣ ਲੱਗੇ ਤੂੰ ਰੋਸ਼ਨ ਜ਼ਮੀਰ ਹੈ? ਹਾਂ ਰੋਸ਼ਨ ਜ਼ਮੀਰ ਹਾਂ, ਦਿਮਾਗ ਦਾ ਧਨੀ ਹੈ, ਧਨੀ ਹਾਂ, ਇੱਥੇ ਰਹਿਣਾ ਵੀ ਹੈ, ਹਾਂ ਮਹਾਰਾਜ ਰਹਿਣਾ ਵੀ ਹੈ, ਅਤੇ ਸੇਵਾ ਵੀ ਕਰਨੀ ਹੈ, ਹਾਂ ਮਹਾਰਾਜ ਸੇਵਾ ਵੀ ਕਰਨੀ ਹੈ। ਅੱਛਾ ਤੂੰ ਬਸ ਲੰਗਰ ਦੇ ਭਾਂਡੇ ਹੀ ਮਾਂਜਿਆ ਕਰ, ਬਾਕੀ ਛੱਡ। ਕਹਿੰਦੇ ਦਿਲ ਨੰਦ ਲਾਲ ਦਾ ਬੜਾ ਟੁੱਟਿਆ, ਹੱਦ ਹੋ ਗਈ, ਮੈਂ ਦੱਸ ਵੀ ਦਿੱਤਾ, ਸ਼ਾਇਰ ਹਾਂ, ਅਥਾਲੀਕ ਹਾਂ, ਰੋਸ਼ਨ ਜ਼ਮੀਰ ਹਾਂ, ਰੋਸ਼ਨ ਦਿਮਾਗ ਹਾਂ, ਕੋਈ ਲਿਖਣ ਪੜ੍ਹਨ ਦੀ ਸੇਵਾ ਦਿੰਦੇ, ਪੜ੍ਹਾਉਣ ਦੀ ਸੇਵਾ ਦਿੰਦੇ, ਲੰਗਰ ਦੇ ਭਾਂਡੇ ਮਾਂਜੋ, ਕਦੀ ਮਾਂਜੇ ਨਹੀਂ ਸਨ, ਦੀਵਾਨ ਦੇ ਲੜਕੇ ਸਨ, ਅਤੇ ਆਪ ਦੀਵਾਨਗੀ ਵੀ ਕਰਦੇ ਰਹੇ, ਫਿਰ ਅਤਾਲੀਕ ਬਣੇ, ਹਮੇਸ਼ਾ ਉੱਚੇ ਉੱਚੇ ਰੁਤਬਿਆਂ 'ਤੇ ਪਿਤਾ ਰਿਹਾ ਅਤੇ ਆਪ ਰਹੇ, ਕਦੀ ਮਾਂਜੇ ਨਹੀਂ ਸਨ। ਪਰ ਸਤਿਗੁਰ ਨੇ ਕਿਹਾ ਜੇ ਇੱਥੇ ਰਹਿਣਾ ਹੀ ਤਾਂ ਫਿਰ ਭਾਂਡੇ ਹੀ ਮਾਂਜਿਆ ਕਰ। ਰੋਜ਼ ਰੋਜ਼ ਲੰਗਰ ਦੇ ਭਾਂਡੇ ਮਾਂਜਦਿਆਂ ਹੋਰ ਰੰਗ ਰਤੜਿਆਂ ਦੀ ਮਹਿਫਿਲ ਵਿੱਚ ਰਹਿੰਦਿਆਂ ਹੋਇਆਂ, ਰੰਗੇ ਹੋਏ ਮਨੁੱਖਾਂ ਦੀ ਮਹਿਫਿਲ ਵਿੱਚ ਰਹਿੰਦਿਆਂ ਹੋਇਆਂ, ਮਨ ਦੀ ਕਾਲਕ ਹੰਕਾਰ ਮਿਟਦਾ ਗਿਆ, ਮਿਟਦਾ ਗਿਆ, ਮਿਟਦਾ ਗਿਆ। ਸਹੀ ਮੈਨੇ ਭਾਂਡੇ ਮਾਂਜਣਾ ਮਨ ਮਾਂਜਣਾ, ਸ਼ਰਧਾ ਨਾਲ ਕਰੇ ਮਨੁੱਖ ਐਸਾ ਹੋ ਜਾਂਦਾ। ਫਿਰ ਮਾਹੌਲ ਐਸਾ ਸੀ, ਰੰਗ ਰਤੜਿਆਂ ਦੀ ਮਹਿਫਿਲ, ਅਭਿਆਸੀਆਂ ਦੀ ਮਹਿਫਿਲ, ਸ਼ਰੀਕਾਂ ਨੂੰ ਕਿਧਰੇ ਪਤਾ ਚੱਲ ਗਿਆ, ਸਹੁਰਾ ਪਰਿਵਾਰ ਦੁਖੀ ਹੋ ਕੇ ਮੁਲਤਾਨ ਤੋਂ ਅਨੰਦਪੁਰ ਸਾਹਿਬ ਪਹੁੰਚਿਆ, ਕੋਈ ਹੱਦ ਹੋ ਗਈ, ਗੁਰੂ ਗੋਬਿੰਦ ਸਿੰਘ ਨੇ ਕਦਰ ਹੀ ਨਹੀਂ ਕੀਤੀ, ਇੰਨਾ ਰੋਸ਼ਨ ਦਿਮਾਗ ਬੰਦਾ
ਇੰਨਾ ਪੜ੍ਹਾ ਲਿਖਾ ਬੰਦਾ ਨਵਾਬ ਅਤੇ ਸ਼ਹਿਨਸ਼ਾਹ ਜਿਹਨੂੰ ਦੀਵਾਨਗੀ ਬਖਸ਼ਦੇ ਰਹੇ ਨੇ, ਸਤਿਗੁਰੂ ਨੇ ਕਦਰ ਨਹੀਂ ਕੀਤੀ। ਸ਼ਰੀਕ ਜਦ ਪਹੁੰਚੇ ਤੇ ਨੰਦ ਲਾਲ ਨੂੰ ਸਮਝਾਉਂਦੇ ਨੇ, ਔਰ ਰੱਬ ਦੀ ਨੇ ਕੋਈ ਰੱਬ ਨਹੀਂ ਕ੍ਰਿਸ਼ਮੇ ਕਰਨੇ ਹੁੰਦੇ ਨੇ, ਜਦ ਸ਼ਰੀਕ ਪਹੁੰਚੇ ਸਨ ਉਦੋਂ ਵੀ ਨੰਦ ਲਾਲ ਭਾਂਡੇ ਹੀ ਮਾਂਜਦੇ ਪਏ, ਕਾਲੇ ਹੱਥ ਭਿੱਜੇ ਹੋਏ ਕੱਪੜੇ ਦੇਖ ਕੇ ਸ਼ਰੀਕਾਂ ਨੇ ਸਮਝਾਇਆ ਕੋਈ ਗੱਲ ਨਹੀਂ, ਕੋਈ ਖਤਰਾ ਨਹੀਂ, ਹੁਣ ਤੁਸੀਂ ਸਾਡੇ ਨਾਲ ਮੁਲਤਾਨ ਚਲੋ। ਗੁਰੂ ਗੋਬਿੰਦ ਸਿੰਘ ਨੇ ਤੁਹਾਡੀ ਕਦਰ ਨਹੀਂ ਕੀਤੀ, ਭਾਂਡੇ ਮਾਂਜਣ 'ਤੇ ਰੱਖੇ, ਲੰਬੀ ਚੌੜੀ ਜਦ ਲੱਸੀ ਤਾਂ ਕਰਨ ਲੱਗ ਪਏ ਨੇ। ਤਾਂ ਹੁਣ ਨੰਦ ਲਾਲ ਦੇ ਬੋਲ ਸੁਣਨਾ, ਨੰਦ ਲਾਲ ਆਪਣੇ ਸ਼ਰੀਕਾਂ ਨੂੰ ਕੀ ਕਹਿੰਦੇ ਨੇ। ਨਸੀਹਾ ਤਾਂ ਚੰਦ ਗੋਹੀ, ਨਸੀਹਤ ਕਰਨ ਵਾਲਿਓ ਨਸੀਹਤ ਨਾ ਕਰੋ, ਉਪਦੇਸ਼ ਦੇਣ ਵਾਲਿਓ ਮੈਨੂੰ ਉਪਦੇਸ਼ ਨਾ ਦਿਓ, ਸਿੱਖਿਆ ਦੇਣ ਵਾਲਿਓ ਮੈਨੂੰ ਸਿੱਖਿਆ ਨਾ ਦਿਓ। ਨਸੀਹਾ ਤਾਂ ਚੰਦ ਗੋਈ ਕਿੱਸਾ ਹੈ ਵਾ ਅਜ਼ੂਬਨ, ਬਜ਼ਮੇ ਮਸਤਾਂ ਅਸਤ ਈ ਜਾ ਕਿੱਸਾ ਉਹ ਅਫਸਾਨਾ ਨੇ। ਇਹ ਮਸਤਾਨਿਆਂ ਦੀ ਮਹਿਫਿਲ ਹੈ, ਰੰਗ ਰਤੜਿਆਂ ਦੀ ਮਹਿਫਿਲ ਹੈ। ਨੰਦ ਲਾਲ ਉੱਥੇ ਪਹੁੰਚ ਗਿਆ ਜਿੱਥੇ ਤੁਹਾਡੀ ਨਸੀਹਤ ਨਹੀਂ ਪਹੁੰਚ ਸਕਦੀ, ਨਹੀਂ ਪਹੁੰਚ ਸਕਦੀ। ਨਸੀਹਾ ਤਾਂ ਚੰਦ ਗੋਈ, ਕਹਿੰਦੇ ਨੇ ਸ਼ਰੀਕ ਸਮਝਾ ਰਹੇ ਸਨ, ਨੰਦ ਲਾਲ ਜਵਾਬ ਪਏ ਦਿੰਦੇ ਸਨ, ਪਰ ਇੱਕ ਪਾਸੇ ਖੜ੍ਹੇ ਹੋ ਕੇ ਸਾਰੀ ਗੁਫ਼ਤਗੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੁਣ ਲਈ। ਸੁਣ ਪਹੁੰਚ ਗਏ ਅਤੇ ਹੁਣ ਸ਼ਰੀਕਾਂ ਦੇ ਸਾਹਮਣੇ ਜੋ ਸਤਿਗੁਰ ਕਹਿੰਦੇ ਨੇ ਨੰਦ ਲਾਲ, ਅਸੀਂ ਤੈਨੂੰ ਕੋਈ ਚੰਗੀ ਸੇਵਾ ਨਹੀਂ ਦੇ ਸਕੇ, ਤੂੰ ਕਲਮ ਦਾ ਧਨੀ, ਦਿਮਾਗ ਦਾ ਧਨੀ, ਰੋਸ਼ਨ ਜ਼ਮੀਰ, ਅਸੀਂ ਤੈਨੂੰ ਕੁਛ ਨਹੀਂ ਦੇ ਸਕਦੇ, ਤੈਨੂੰ ਤਾਂ ਬਹੁਤ ਕੁਛ ਦੇਣਾ ਚਾਹੀਦਾ ਸੀ। ਸ਼ਰੀਕਾਂ ਦੇ ਸਾਹਮਣੇ ਸਤਿਗੁਰ ਇੰਜ ਕਹਿੰਦੇ ਨੇ, ਅਸੀਂ ਤੈਨੂੰ ਕੁਛ ਨਹੀਂ ਦੇ ਸਕੇ। ਅਤੇ ਹੁਣ ਨੰਦ ਲਾਲ ਜੋ ਕੁਛ ਕਹਿੰਦੇ ਨੇ ਇਹ ਸੁਣ ਲੈਣਾ, ਮੈਂ ਆਖਰੀ ਪੰਕਤੀਆਂ ਛੇਤੀ ਛੇਤੀ ਸਮਾਪਤ ਕਰਾਂ, ਸਮਾਂ ਹੋ ਗਿਆ। ਨੰਦ ਲਾਲ ਜੋ ਹੱਥ ਜੋੜ ਕੇ ਬੇਨਤੀ ਕਰਦੇ, ਇਹ ਕੀਮਤੀ ਪੰਕਤੀਆਂ ਨੇ, ਬੜੀ ਕੀਮਤੀ ਪੰਕਤੀਆਂ ਨੇ ਦੀਵਾਨੇ ਗੋਇਆ ਦੀਆਂ। ਗਦਾਏ ਕੂਏ ਤੁਰਾ ਮੇਲੇ ਬਾਦਸ਼ਾਹੀ ਨੇਸ, ਹਵਾਏ ਸਲਤਨਤੋ ਵਾ ਜ਼ੌਕੇ ਕਜ ਕੋਲਾਹੀ ਨੇਸ। ਐ ਮੇਰੇ ਬਾਦਸ਼ਾਹ, ਕੋਈ ਭੁੱਲ ਕੇ ਵੀ ਤੁਹਾਡੀ ਗਲੀ 'ਚੋਂ ਲੰਘ ਜਾਏ ਨਾ, ਉਹ ਦੋ ਜਹਾਨਾਂ ਦੀ ਬਾਦਸ਼ਾਹਤ ਨੂੰ ਠੁਕਰਾ ਦੇਣਾ, ਅਤੇ ਜਿਹੜਾ ਲੰਘ ਜਾਏ ਉਹ ਇਤਨਾ ਮਾਲਾ ਮਾਲ ਹੋ ਜਾਂਦਾ, ਮੈਂ ਤਾਂ ਬੂਆ ਮਲ ਕੇ ਬੈਠਾ ਹੋਇਆ, ਮੈਂ ਤਾਂ ਦਰ 'ਤੇ ਬੈਠਾ ਹੋਇਆ, ਮੈਨੂੰ ਕਿਹੜੀ ਚੀਜ਼ ਦੀ ਕਮੀ। ਜਿਹੜਾ ਲੰਘ ਜਾਏ ਤਾਂ ਮਾਲਾ ਮਾਲ ਹੋ ਜਾਂਦਾ, ਅਤੇ ਜਿਹੜਾ ਹਰ ਵਕਤ ਕਦਮਾਂ 'ਤੇ ਚਰੇਂਦਾ ਪਿਆ ਉਹਦੇ ਕੋਲ ਕਿਹੜੀ ਚੀਜ਼ ਦੀ ਕਮੀ। ਗਦਾਏ ਕੂਏ ਤੋਰਾ, ਤੇਰੀ ਗਲੀ ਦਾ ਜਿਹੜਾ ਮੰਗਤਾ ਹੈ ਉਹ ਵੀ ਬਾਦਸ਼ਾਹ ਬਣ ਜਾਂਦਾ, ਤੇਰੀ ਜੀ ਗਲੀ ਦਾ ਜਿਹੜਾ ਭਿਖਾਰੀ ਹੈ ਉਹ ਵੀ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਬਣ ਜਾਂਦਾ। ਗਦਾ ਹੈ, ਗਦਾ ਕਹਿੰਦੇ ਨੇ ਭਿਖਾਰੀ ਨੂੰ, ਕੂਏ ਕਹਿੰਦੇ ਨੇ ਗਲੀ ਨੂੰ,
ਗਦਾਏ ਖੂਵੇ ਤੋਰਾ ਮੇਲੇ ਬਾਦਸ਼ਾਹੀ ਨੇਸ ਹਵਾਏ ਸਲਤਨਤ ਵਾਜ਼ਾਉ ਕੇ ਕਜ ਕੁਲਾਹੀ ਨੇਸ ਐ ਮੇਰੇ ਪਾਤਸ਼ਾਹ ਭੁੱਲ ਕੇ ਕੋਈ ਮੰਗਤਾ ਤੁਹਾਡੀ ਗਲੀ ਚੋਂ ਲੰਘ ਜਾਏ ਦੋ ਜਹਾਨਾਂ ਦੀ ਬਾਹਤ ਸ਼ਾਹਤ ਨੂੰ ਠੁਕਰਾ ਦਿੰਦਾ ਇਤਨਾ ਮਾਲਾ ਮਾਲ ਹੋ ਜਾਂਦਾ ਅਤੇ ਮਹਾਰਾਜ ਫਿਰ ਮੈਨੂੰ ਕੀ ਕਵੀ ਮੈਂ ਤੇ ਦਰ ਮਲ ਕੇ ਬੈਠਾ ਮੈਂ ਤੇ ਇਸ ਜਗ੍ਹਾ ਬੈਠਾ ਕਹਿੰਦੇ ਨੇ ਕ੍ਰਿਤ ਕੋਲ ਕੀ ਮੰਗਣਾ ਕਰਤੇ ਕੋਲ ਮੰਗਣਾ ਕ੍ਰਿਤ ਕੋਲ ਮੰਗਤਾ ਜਨਮ ਤੋਂ ਲੈ ਕੇ ਮਰਨ ਤੱਕ ਮੰਗਤਾ ਹੀ ਬਣਿਆ ਰਹੇਗਾ ਕਰਤੇ ਕੋਲ ਮੰਗਦਾ ਹੈ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਏਗਾ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੋ ਜਾਏਗਾ ਹੁਣ ਕਿਤਨਾ ਹੀ ਜਗਤ ਨੂੰ ਸਮਝਾਓ ਕਿ ਗੁਰੂ ਕੋਲ ਨਹੀਂ ਮੰਗਦੇ ਬੰਦਿਆਂ ਕੋਲ ਹੀ ਮੰਗਦੇ ਇਹ ਪਰਮਾਤਮਾ ਅੱਗੋਂ ਪ੍ਰਾਰਥਨਾ ਨਹੀਂ ਕਰਦੇ ਆਪਣੇ ਦੁੱਖਾਂ ਦੇ ਨਿਵਿਰਤੀ ਦੀ ਇੱਧਰ ਉੱਧਰ ਰੋਲਾ ਪਾਉਂਦੇ ਨੇ ਔਰ ਜਿਹੜੇ ਆਪ ਦੁਖੀ ਹੁੰਦੇ ਨੇ ਉਹਨਾਂ ਦੇ ਅੱਗੋਂ ਜੋ ਹੈ ਫਰਿਆਦਾਂ ਕਰਦੇ ਨੇ ਜੋਦੜੀਆਂ ਕਰਦੇ ਨੇ ਸਤਿਗੁਰਦੇਵ ਜੀ ਮਹਾਰਾਜ ਇੱਥੇ ਫਰਮਾਨ ਪਏ ਕਰਦੇ ਨੇ ਹੇ ਪ੍ਰਭੂ ਤੇਰੇ ਕੋਲ ਜੇ ਮੰਗੀ ਹੈ ਤੇਰੀ ਦਾਤ ਦੇ ਨਾਲ ਹੀ ਰਜੇਵਾਂ ਉਂਝ ਰਜੇਵਾਂ ਨਹੀਂ ਹੈ ਹੇ ਪ੍ਰਭੂ ਤੇਰੀ ਦਾਤ ਰਜਾ ਦਿੰਦੀ ਏ ਮਹਾਨ ਬਣਾ ਦਿੰਦੀ ਏ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਬਣਾ ਦਿੰਦੀ ਏ ਤਾਂ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਏ ਨੌਨਿਤ ਨਾਮ ਦੀ ਪ੍ਰਾਪਤੀ ਹੋ ਜਾਂਦੀ ਏ ਖੇੜਾ ਅਤੇ ਖੁਸ਼ੀ ਮੁਯੱਸਰ ਹੋ ਜਾਂਦੀ ਏ ਲੋਭ ਅੰਦਰ ਦਾ ਸ਼ਾਂਤ ਹੋ ਜਾਂਦਾ ਹੈ ਮਿਟ ਜਾਂਦਾ ਹੈ ਹਾਂਜੀ ਹੇ ਮਨ ਤਾਂ ਤੇ ਤੂੰ ਅੰਨ ਦਿਨ ਨਾਮ ਜਪ ਨਾਮ ਦੇ ਜੋ ਹੈ ਧਿਆਨ ਜੋੜ ਦਿਨ ਰਾਤ ਨਾਮ ਹੀ ਜਪ ਨਾਮ ਹੀ ਜਪ ਨਾ ਮੰਗ ਮਨੁੱਖ ਕੋਲ ਹਾਂਜੀ ਸੰਤ ਜਨਾਂ ਦਾ ਉਪਦੇਸ਼ ਸਨ ਗੁਰੂ ਪੀਰ ਪੈਗੰਬਰਾਂ ਦੀ ਬਾਣੀ ਸੁਣ ਤਾਂ ਕਿ ਜਮਾਂ ਦੀ ਮੁਖਾਜੀ ਲੋਕਾਂ ਦੀ ਮੁਖਾਜੀ ਤੇਰੀ ਮਿਟ ਜਾਏ ਬੰਦਿਆਂ ਕੋਲ ਮੰਗਣਾ ਤੇਰਾ ਮਿਟ ਜਾਏ ਹਾਂਜੀ ਜਿਨ੍ਹਾਂ ਦੇ ਉੱਤੇ ਰਹਿਮਤ ਹੋ ਜਾਂਦੀ ਹੈ ਕਿਰਪਾ ਹੋ ਜਾਂਦੀ ਹੈ ਪੁਰਬਲੇ ਸੰਜੋਗ ਆਉਂਦੇ ਨੇ ਉਹ ਪ੍ਰਭੂ ਫਿਰ ਤੇਰੀ ਬਾਣੀ ਨਾਲ ਹੀ ਜੁੜਦੇ ਨੇ ਅਤੇ ਤੇਰੇ ਕੋਲ ਹੀ ਮੰਗਦੇ ਨੇ ਹਾਂਜੀ ਹੇ ਪ੍ਰਭੂ ਜੋ ਤੇਰੀ ਦਾਤ ਹੈ ਉਹਦੀ ਕੀ ਕੀਮਤ ਉਹ ਸੀਮਾ ਦੇ 'ਚ ਨਹੀਂ ਹੈ ਤੇਰਾ ਦਿੱਤਾ ਹੋਇਆ ਸੀਮਾ ਦੇ 'ਚ ਨਹੀਂ ਹੈ ਅਸੀਮ ਹੈ ਅਸੀਮ ਹੈ ਮੈਂ ਐਸਾ ਦੇਖਿਆ ਅਗਰ ਕੋਈ ਅਨੁਭਵੀ ਕਵੀ ਹੈ ਉਹ ਵੀ ਕਹਿ ਦਿੰਦਾ ਹੈ ਕਵਿਤਾ ਦਾ ਅੰਤ ਨਹੀਂ ਹੈ ਅਸੀਮ ਅਸੀਮ ਸੰਗੀਤ ਦਾ ਅੰਤ ਨਹੀਂ ਹੈ ਅਸੀਮ ਹੈ ਅਸੀਮ ਹੈ ਗਿਆਨ ਦਾ ਅੰਤ ਨਹੀਂ ਹੈ ਅਸੀਮ ਹੈ ਅਜ਼ੀਮ ਹੈ ਅਤੇ ਹੇ ਪਰਿਪੂਰਨ ਪਰਮਾਤਮਾ ਪਦਾਰਥਾਂ ਦਾ ਵੀ ਕੋਈ ਅੰਤ ਨਹੀਂ ਹੈ ਅਸੀਮ ਨੇ ਅਸੀਮ ਨੇ ਤੂੰ ਅਸੀਮ ਹੈ ਤੇਰੀਆਂ ਦਾਤਾਂ ਵੀ ਅਸੀਮ ਨੇ ਹੇ ਪਰਿਪੂਰਨ ਪਰਮਾਤਮਾ ਕੌਣ ਕੀਮਤ ਪਾਵੇ ਕੌਣ ਨਾਪੇ ਕੌਣ ਤੋਲੇ ਤੂੰ ਮਨੁੱਖ ਨੂੰ ਮਹਾਨ ਬਣਾ ਦਿੰਦਾ ਕਿਉਂਕਿ ਤੇਰੀ ਦਾਤਾਂ ਅਸੀਮ ਨੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਕੋਈ ਕੀਮਤ ਨਹੀਂ ਹਾਂਜੀ ਇਹ ਪਰਿਪੂਰਨ ਪਰਮਾਤਮਾ ਸਭ ਕੁਝ ਤੇਰੀ ਕ੍ਰਿਤ ਹੈ ਅਸੀਂ ਤੇ ਤੇਰੇ ਬੱਚੇ ਹਾਂ
ਤੂੰ ਸਾਡਾ ਪਾਲਣਹਾਰਾ ਹੈ, ਪਿਤਾ ਦੀ ਤਰ੍ਹਾਂ ਹੈ, ਅਸੀਂ ਤੇਰੇ ਬਾਰਕ ਹਾਂ। ਹਾਂਜੀ ਭਾਵੇਂ ਲੱਖ ਗਲਤੀਆਂ ਕਰਦਾ ਬੱਚਾ, ਪਿਓ ਫਿਰ ਵੀ ਕਠੋਰ ਨਹੀਂ ਆਉਂਦਾ, ਦਇਆ ਦੇ ਘਰ ਵਿੱਚ ਆ ਕੇ ਬੱਚੇ ਨੂੰ ਗਲ ਨਾਲ ਲਾਉਂਦਾ, ਸਾਰੀਆਂ ਦਾਤਾਂ ਜੋ ਹੈ ਦੇਣਾ, ਹੇ ਪ੍ਰਭੂ ਤੇਰੇ ਬੱਚਿਆਂ ਸਦੀਵੀ ਗੱਲ ਨਾਲ ਲੜਾਈ ਰੱਖ। ਇਸ ਤਰ੍ਹਾਂ ਸਾਡੀ ਪਾਲਣਾ ਕਰ, ਜਿਵੇਂ ਸਰੀਰਕ ਪਿਤਾ ਆਪਣੇ ਬੱਚੇ ਦੀ ਦੇਖ ਰੇਖ ਕਰਦਾ ਹੈ, ਹੇ ਪ੍ਰਭੂ ਹਰ ਵਕਤ ਆਪਣੇ ਚਰਨਾਂ ਨਾਲ ਜੋੜੀ ਰੱਖ, ਹਰ ਵਕਤ ਆਪਣਾ ਪਿਆਰ ਬਖਸ਼ੀ ਰੱਖ, ਤਾਂ ਕਿ ਅਸੀਂ ਹਰ ਵਕਤ ਤੇਰੇ ਨਾਲ ਜੁੜੇ ਰਹੀਏ। ਇਤਨੀ ਸੇਵਾ ਪ੍ਰਵਾਨ, ਕਾਫੀ ਸਮਾਂ ਹੋ ਗਿਆ, ਬਾਕੀ ਵਿਚਾਰਾਂ ਕੱਲ੍ਹ। ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।